ਗਾਲੀ ਗਲੋਚ ਰਹਿ ਗਿਆ, ਜਾਤੀ ਛੂਤ ਸ਼ਬਦ ਵਰਤੇ ਗਏ। ਉਸ ਤੋਂ ਬਾਅਦ ਵਿੱਚ ਮੇਰੇ ਮੂੰਹ 'ਤੇ ਉੱਪਰ ਪਿਸ਼ਾਬ ਪਾਇਆ ਗਿਆ, ਦਾੜੀ 'ਤੇ ਪਿਸ਼ਾਬ ਪਾਇਆ ਗਿਆ। ਪਿੰਡ ਨੂੰ ਵੀ ਤਾਂ ਬਲ ਗਿਆ ਸਾਡੇ ਨੂੰ, ਜੇ ਇਨਸਾਫ ਨਹੀਂ ਮਿਲਦਾ ਅਸੀਂ ਕਹਾਂਗੇ ਵੀ ਇਹ ਰਾਜ ਨਹੀਂ, ਇਹ ਗੁੰਡਾਗਰਦੀ ਹੈ। ਇਹ ਹਰਦੇਵ ਸਿੰਘ ਨੇ ਮਲੇਰਕੋਟਲਾ ਦੇ ਪਿੰਡ ਅਬਦੁੱਲਾਪੁਰ ਚੌਹਾਣਾ ਦੇ ਗੁਰਦੁਆਰੇ ਦੇ ਗ੍ਰੰਥੀ ਰਹੇ ਹਰਦੇਵ ਦਾ ਇਲਜ਼ਾਮ ਹੈ ਕਿ ਉਹਨਾਂ ਨਾਲ ਕਥਿਤ ਤੌਰ 'ਤੇ ਕੁੱਟਮਾਰ ਹੋਈ, ਵੀਡੀਓ ਵਾਇਰਲ ਕੀਤਾ ਗਿਆ ਅਤੇ ਉਹਨਾਂ ਨੂੰ ਬੇਇੱਜ਼ਤ ਕੀਤਾ ਗਿਆ। ਮੈਨੂੰ ਮੂੰਹ ਪਿਸ਼ਾਬ ਪਿਲਾਉਣ ਦਾ ਯਤਨ ਕੀਤਾ ਗਿਆ, ਉਸ ਤੋਂ ਬਾਅਦ ਦੇ ਵਿੱਚ ਮੇਰੀ ਕੁੱਟਮਾਰ ਕੀਤੀ ਗਈ ਅਤੇ ਫਿਰ ਇਹਨਾਂ ਨੂੰ ਵੀਡੀਓ ਵਾਇਰਲ ਕੀਤੀ ਗਈ। ਮੇਰੀ ਦਾੜਾ ਦੀ ਬੇਅਦਬੀ ਕੀਤੀ ਗਈ, ਕੇਸਾਂ ਦੀ ਬੇਅਦਬੀ ਕੀਤੀ ਗਈ, ਦਸਤਾਰ ਦੀ ਬੇਅਦਬੀ ਕੀਤੀ ਗਈ ਅਤੇ ਮੂੰਹ 'ਤੇ ਮੇਰੇ ਮੂੰਹ 'ਤੇ ਕਾਲਸ ਮਲੀ ਗਈ। ਕਾਰਨ ਕੀ ਰਿਹਾ ਜੀ, ਮੈਨੂੰ ਉਹਨਾਂ ਨੇ ਸੱਦਿਆ ਗਿਆ, ਸੱਦ ਕੇ ਮੇਰੇ ਤੋਂ ਵੀ ਅਸੀਂ ਤੇਤੋਂ ਅਰਦਾਸ ਕਰਾਉਣੀ ਆ, ਉਸ ਤੋਂ ਬਾਅਦ ਦੇ ਵਿੱਚ ਮੇਰੇ ਨਾਲ ਵਰਤਾਰਾ ਕੀਤਾ ਗਿਆ। ਘਟਨਾ ਤੋਂ ਬਾਅਦ ਸੈਂਟਰਲ ਵਾਲਮੀਕਿ ਸਭਾ ਭਾਰਤ ਵੱਲੋਂ ਘਟਨਾ ਦਾ ਸਖ਼ਤ ਨੋਟਿਸ ਲਿਆ ਗਿਆ ਅਤੇ ਸਭਾ ਦੇ ਪ੍ਰਧਾਨ ਗੇਜਾ ਰਾਮ ਨੇ ਪੀੜਤ ਗ੍ਰੰਥੀ ਹਰਦੇਵ ਸਿੰਘ ਨਾਲ ਸਰਹੰਦ ਵਿਖੇ ਮੁਲਾਕਾਤ ਕਰਦਿਆਂ ਕਾਰਵਾਈ ਸੰਬੰਧੀ ਅਸੰਤੁਸ਼ਟੀ ਜ਼ਾਹਰ ਕੀਤੀ ਹੈ। 200 ਸਾਲ 300 ਸਾਲ ਪਹਿਲਾਂ ਜਿਹੜਾ ਸਮਾਂ ਤਾ ਉਹ ਅੱਜ ਦੁਬਾਰਾ ਇਹ ਪਿੰਡ ਮਲੇਰਕੋਟਲੇ ਦੇ ਜਿਹੜੇ ਜ਼ਿਲ੍ਹੇ ਦੇ ਵਿੱਚ ਜਿਹੜਾ ਸਦੋੜ ਹੈ ਉਹਦੇ ਨਾਲ ਲੱਗਦਾ ਪਿੰਡ ਅਬਦੁੱਲਾਪੁਰ ਚੌਹਾਣੇ, ਇਹ ਉੱਥੇ ਘਟਨਾ ਦੀ ਵਾਪਰੀ ਹੈ। ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੈ, ਜੇ ਉਹ ਮੀਟਿੰਗ ਦੇ ਵਿੱਚ ਮਸਲਾ ਹੱਲ ਨਾ ਹੋਇਆ ਤਾਂ ਅਸੀਂ ਰੋਡਾਂ ਦੇ ਉੱਤੇ ਸੜਕਾਂ ਦੇ ਉੱਤੇ ਆਵਾਂਗੇ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਹਰਦੇਵ ਸਿੰਘ ਮੁਤਾਬਕ ਉਹਨਾਂ ਨੂੰ ਅਜੇ ਤੱਕ ਪੂਰਾ ਇਨਸਾਫ ਨਹੀਂ ਮਿਲਿਆ ਤਾਂ ਦੂਜੇ ਪਾਸੇ ਉਹਨਾਂ ਦੇ ਭਰਾ ਮੁਤਾਬਕ ਉਹਨਾਂ ਨਾਲ ਵੀ ਬਦਸਲੂਕੀ ਕੀਤੀ ਗਈ ਹੈ। ਸਾਡੀਆਂ ਰੋਟੀਆਂ ਦੁੱਧ ਭਗਾ ਕੇ ਮਾਰਿਆ ਉਹਨਾਂ ਨੇ ਜੀ, ਅਤੇ ਉਹਨਾਂ ਦੇ ਹੱਥ 'ਚ ਡੰਡੇ ਜੀ ਮੈਨੂੰ ਫੜ ਕੇ ਲੈ ਗਏ ਜੀ, ਕਹਿੰਦੇ ਚੱਲ ਤੂੰ ਘਰ ਚੱਲ। ਘਰ ਚੱਲ ਕੇ ਮੈਨੂੰ ਕੁੰਡਾ ਲਾ ਲਿਆ ਜੀ, ਮੇਰੇ ਕੇਸ ਦਾੜੀ ਪੱਟੀ, ਇਹ ਤੇਰੇ ਛੋਟੀਆਂ ਮਾਰੀਆਂ ਜੀ, ਛੋਟੀਆਂ ਮਾਰ ਕੇ ਮੈਨੂੰ ਕਹਿੰਦੇ ਵੀ ਤੂੰ ਲੀੜੇ ਲਾ, ਨੰਗਾ ਕਰਿਆ ਜੀ, ਮੈਨੂੰ ਮੇਰੀ ਵੀਡੀਓ ਬਣਾਈ ਜੀ। ਪਿੰਡ ਅਬਦੁੱਲਾਪੁਰ ਚੌਹਾਣਾ ਦੇ ਵਾਸੀ ਮਲਕੀਤ ਸਿੰਘ ਪੂਰੀ ਘਟਨਾ ਬਾਰੇ ਦੱਸਦਿਆਂ ਕਹਿੰਦੇ ਨੇ ਕਿ ਉਹਨਾਂ ਨੇ ਇਸ ਮਾਮਲੇ 'ਚ ਸਮਝੌਤਾ ਕਰਵਾਇਆ ਤਾਂ ਦੂਜੇ ਪਾਸੇ ਪਿੰਡ ਦੀ ਹੀ ਸਰਪੰਚ ਗੁਰਮੀਤ ਕੌਰ ਮੁਤਾਬਕ ਗ੍ਰੰਥੀ ਵੱਲੋਂ ਇੱਕ ਵਿਧਵਾ ਨੂੰ ਕਾਲ ਕਰਨ ਦੇ ਨਾਲ ਇਹ ਮਾਮਲਾ ਜੁੜਿਆ ਹੈ। ਮੰਨ ਲਾ ਜਾ ਕੇ ਦੇਖਿਆ ਬਾਬੇ ਦਾ ਮੂੰਹ ਸਿਰ ਕਾਲਾ, ਮੈਂ ਵੀ ਭੈਮਾਨ ਹੋ ਗਿਆ ਜਾ ਕੇ ਅੰਦਰ ਦੇਖ ਕੇ ਵੀ ਇਹ ਕੀ ਗੱਲ ਆ। ਅਤੇ ਫਿਰ ਚਲੋ ਮੈਂ ਸੋਚਿਆ ਮੈਂ ਜੇ ਹੁਣ ਆਪਾਂ ਵੱਧ ਗੱਲ ਕਰਦੇ ਹਾਂ ਇਹਨੂੰ ਵਿਚਾਰੇ ਨੂੰ ਆਪਾਂ ਕੱਢ ਦਈਏ ਬਾਹਰ ਕਿਵੇਂ ਨਾ ਕਿਵੇਂ ਕਰਕੇ, ਚੱਲ ਫਿਰ ਉੱਥੇ ਵਾਲੀ ਪੰਚਾਇਤ ਆ ਗਈ ਸਾਨੂੰ, ਫਿਰ ਅਸੀਂ ਜੀ ਮੱਲਾ ਆਪਦਾ ਸਮਝੌਤਾ ਕਰਕੇ ਵੀ ਉਹਨੂੰ ਪੁੱਛਿਆ ਬਾਬੇ ਨੂੰ ਵੀ ਗੱਲ ਸਹੀ ਆ, ਚੱਲ ਬਾਬੇ ਨੇ ਹੁਣ ਤਾਂ ਮੰਨਣਾ ਹੀ ਸੀਗਾ ਵੀ ਹਾਂ ਜੀ ਹਾਂ, ਜੇ ਅਸੀਂ ਉਹਦੇ ਉਹਨਾਂ ਉਹਦੇ ਕਹਿਣ ਅਨੁਸਾਰ ਲਿਖਤਾ ਸਮਝੌਤਾ ਲੁਕ ਕੇ ਚਲੋ ਬਾਹਰ ਕੱਢਤਾ ਵੀ ਨਾ ਤਾਂ ਬਾਬਾ ਹੀ ਇਹੋ ਜਿਹਾ ਆਪਾਂ ਕਿਉਂ ਕਹਿੰਦੀ ਐਵੇਂ, ਨਾ ਉਹ ਕੁੜੀ ਆ ਇਹੀ ਜੀ, ਅੱਜ ਤੱਕ ਉਹਨੂੰ 20-25 ਸਾਲ ਹੋ ਗਏ ਵਿਧਵਾ ਹੋਈ ਨੂੰ। ਸਰ ਕਹਿੰਦੀ ਗੱਲ ਤਾਂ ਕਹਿੰਦੀ ਕੁਛ ਨਹੀਂ, ਇੱਥੇ ਬਾਬਾ ਰਹਿੰਦਾ ਸੀ ਆਪਣੇ ਗੁਰਦੁਆਰੇ ਵਿੱਚ, ਵੀ ਉਹਨੇ ਮੈਨੂੰ ਕੋਈ ਮਿਸ ਕਾਲ ਮਾਰਤੀ, ਕਹਿੰਦੀ ਇਹਨਾਂ ਨੇ ਕਿਤੇ ਚੱਕ ਲਿਆ ਪਤਾ ਲੱਗ ਗਿਆ ਮੁੰਡਿਆਂ ਨੂੰ, ਕਹਿੰਦੀ ਉਹ ਤੋਂ ਇਹਨਾਂ ਨੇ ਵਾਧਾ ਵਧਾ ਲਿਆ। ਮੈਂ ਕਿਹਾ ਤੂੰ ਸਾਨੂੰ ਦੱਸ ਦਿੰਦੀ, ਮੈਂ ਕਿਹਾ ਵੀ ਅਸੀਂ ਚੱਲ ਉਹਨੂੰ ਘੂਰ ਦਿੰਦੇ, ਡਰਦੀ ਸੀ ਕਹਿੰਦੀ ਵੀ ਮੈਂ ਨਹੀਂ ਦੱਸਿਆ, ਕਹਿੰਦੀ ਇਹਨਾਂ ਨੇ ਉਹੀ ਗੱਲ ਕਰਤੀ। ਜਿਹੜੀ ਫੋਨ ਦੀ ਗੱਲ ਕਹਿੰਦੇ ਤੁਸੀਂ ਫੋਨ ਕਰਦੇ ਹੋ ਜੀ ਘਰੇ, ਉਹਨਾਂ ਦੇ ਘਰੇ ਤੁਸੀਂ ਫੋਨ? ਹਾਂਜੀ ਹਾਂਜੀ, ਐਲੀਗੇਸ਼ਨ ਦੀ ਉਹਨਾਂ ਦੇ ਤੁਹਾਡੇ 'ਤੇ? ਹਾਂਜੀ ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਦੇ ਵਿੱਚ ਮੇਰੇ ਨਾਲ, ਮੈਂ ਕਿਹਾ ਵੀ ਜਿਹੜਾ ਬਣਦਾ ਇਨਸਾਫ ਸੀ ਤੁਸੀਂ ਉਹ ਦਿੰਦੇ, ਸੁਣਨ ਨੂੰ ਇਨਸਾਫ ਕਰਨ ਦਾ ਉੱਥੇ ਕਿਸੇ ਨੇ ਮੇਰੀ ਸੁਣਵਾਈ, ਨਾ ਕਮੇਟੀ ਨੇ ਨਾ ਪੰਚਾਇਤ ਨੇ। ਪੁਲਿਸ ਮੁਤਾਬਕ ਇਸ ਮਾਮਲੇ ਵਿੱਚ ਮੁਕੱਦਮਾ ਦਰਜ ਕਰਕੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅੰਦਰ ਸੈਕਸ਼ਨ 365 ਵਗੈਰਾ, ਜਿਹੜੇ 365, 355, 382 ਅਤੇ SC ST ਐਕਟ ਦੇ ਤਹਿਤ ਅਸੀਂ ਪਰਚਾ ਦਰਜ ਕਰ ਲਿਆ। 18 ਤਰੀਕ ਨੂੰ ਉਹ ਜਿਹੜੇ ਲੜਕੇ ਸੀ ਲੇਡੀ ਦੇ, ਜਸਪ੍ਰੀਤ ਸਿੰਘ ਅਤੇ ਕਾਕਾ, ਉਹਨਾਂ ਦੀ ਅੱਜ ਅਸੀਂ ਅਰੈਸਟ ਪਾ ਲਈ ਹੈ। ਜਾਂ ਦੇ ਵਿੱਚ ਇਹੀ ਗੱਲ ਆਈ ਹੈ ਵੀ ਇਹ ਜਿਹੜਾ ਸੀ ਉੱਥੇ ਆਉਂਦਾ ਜਾਂਦਾ ਸੀ ਪਿੰਡ, ਇਹ ਗ੍ਰਾਂਤੀ ਰਿਹਾ ਹੈਗਾ ਅਤੇ ਹੁਣ ਗਾਹੇ ਵਗਾਹੇ ਉਹਦੀ ਮਦਰ ਨੂੰ ਕਾਲ ਵਗੈਰਾ ਕਰਦਾ ਸੀ, ਜਿਸ ਕਰਕੇ ਉਹਨਾਂ ਨੇ ਮਤਲਬ ਇਹ ਕੰਮ। ਉੱਧਰ ਪੰਜਾਬ SC ST ਕਮਿਸ਼ਨ ਦੇ ਮੈਂਬਰ ਨੇ ਆਪਸੀ ਭਾਈਚਾਰੇ ਦੀ ਅਪੀਲ ਕਰਦਿਆਂ ਸਖ਼ਤ ਕਾਰਵਾਈ ਕਰਨ ਦੀ ਹਦਾਇਤ ਦਿੱਤੀ ਹੈ। ਮੈਂ ਇਹੀ ਅਪੀਲ ਕਰਨਾ ਚਾਹੁੰਦਾ ਕਿ ਵੀ ਆਪਸੀ ਭਾਈਚਾਰੇ ਸਾਂਝ ਬਣਾ ਕੇ ਰੱਖੀਏ,
ਅਤੇ ਨਾਲ ਹੀ ਪੁਲਿਸ ਨੂੰ ਅਤੇ ਸਿਵਲ ਪ੍ਰਸ਼ਾਸਨ ਨੂੰ ਅਤੇ ਹਰ ਕਿਸੇ ਨੂੰ ਬੜੀ ਹੀ ਇੱਕ ਸਟ੍ਰਿਕਟ ਵਾਰਨਿੰਗ ਆ, ਹਦਾਇਤ ਆ ਕਿ ਵੀ ਇਹੋ ਜਿਹਾ ਕੰਮ ਦੁਬਾਰਾ ਨਹੀਂ ਹੋਣਾ ਚਾਹੀਦਾ।